ਸੋਹਨ ਜੀ ਕਿਵੇਂ ਹੋ ਚੋਬਰੋ? ਅਤੇ ਅੱਜ ਹੈ ਜੀ ਆਪਣੇ ਕੋਲ ਲੋਕਲ ਜੀ ਬਰਾਤ, ਜੋ ਕਿ ਜਾਣੀ ਆ ਜਿੱਤੋਂ ਹਰ ਜਿਉਂ ਮੈਤੇ। ਬਾਕੀ ਸਾਰੀਆਂ ਗੱਡੀਆਂ ਦੇ ਟਾਈਮ 'ਤੇ ਆ ਗਏ ਹਾਂ, ਬਸ ਇਕੱਲਾ ਮੈਂ ਹੋ ਲੇਟ ਹੀ। ਆਪਾਂ ਵੀ ਪਹੁੰਚ ਕੇ ਥਾਰਨ ਮਿਲ ਕੇ ਗੱਡੀ ਲਾਤੀ ਆਪਾਂ, ਉਹ ਤਾਂ ਸਾਹਮਣੇ ਜਲਦੀ ਜਲਦੀ ਤੁਰਨ ਲੱਗੀ, ਗੱਡੀ ਸਾਫ਼ ਨਹੀਂ ਕੀਤੀ, ਫਿਰ ਮੈਂ ਚਲੋ ਹੁਣ ਕਰ ਲੈਂਦੇ ਹਾਂ। ਭਾਜੀ ਨਹੀਂ ਕਹਿੰਦੇ ਵੀ ਤੂੰ ਵੀਡੀਓ ਜੀ ਬਣਾਉਣਾ, ਨਾ ਹੀ ਸਾਡੀ ਬਣਾ ਦੇ, ਫਿਰ ਮੈਂ ਚਲੋ ਬਣਾ ਦਿੰਦੇ ਹਾਂ। ਅੱਜ ਅਸੀਂ ਚੱਲੇ ਹਾਂ ਜੀ, ਕਿਹੜਾ ਪਿੰਡ ਹੈ? ਜਿੱਤੋਂ ਹਰਜਾ ਜਿੱਤੋਂ ਸਰਜਾ। ਅਤੇ ਚੱਲੇ ਹਾਂ ਮੇਤੇ, ਬਰਾਤ ਹੈ ਆਪਣੇ ਕੋਲ। ਕੀ ਵੇਖ ਲੋਤੇ ਉੱਧਰ ਪਰੇ ਲੋਕ ਕੇ, ਅਸੀਂ ਖਲੋਤੀ ਗੱਡੀਆਂ ਲੱਗ ਗਏ, ਸਾਫ਼ ਸੂਫ਼ ਕਰ ਲਈਆਂ ਸਾਰਿਆਂ ਨੇ। ਹਾਂ ਭਾਜੀ, ਪਾਣੀ 2 ਸਾਲ ਬਾਅਦ ਮਿਲੇ ਮੈਨੂੰ, ਸਹੀ ਨਹੀਂ ਲਵਾਉਂਦੇ ਕੋਈ। ਅਤੇ ਉਸ ਤੋਂ ਬਾਅਦ ਜੀ ਆਪਾਂ ਨੂੰ ਆਵਾਜ਼ ਪੈ ਗਈ ਚਾਹ ਦੀ, ਕਿ ਚਾਹ ਬਣ ਗਈ, ਅੱਜ ਤਾਂ ਫਿਰ ਪੀਤੀ ਆਪਾਂ ਚਾਹ ਬੂੰਦੀ ਨਾਲ। ਅਤੇ ਭਾਜੀ ਹੁਣੀ ਫਿਰ ਕਹਿੰਦੇ ਵੀ ਫੋਟੋ ਖਿੱਚ ਸਾਰੇ ਵੀਰਾਂ ਦੀ, ਅਤੇ ਸਾਰੇ ਜਣੇ ਬੈਠੇ ਸਹੀ ਨਹੀਂ, ਅਤੇ ਫੋਟੋ ਇੱਕ ਫਰੇਮ 'ਚ ਆਉਂਦੀ ਨਹੀਂ। ਮੈਂ ਫਿਰ ਖੋਲ੍ਹ ਕੇ ਕੈਮਰਾ ਵੀਡੀਓ ਬਣਾ ਛੱਡੀ। ਸੋ ਉਸ ਤੋਂ ਬਾਅਦ ਜੀ ਲਗਭਗ 12:15 ਤੁਰ ਲੱਗੀ ਸੀ ਬਰਾਤ, ਫਿਰ ਮੈਂ ਸੋਚਿਆ ਵੀ ਇਸ ਹਿਸਾਬ ਨਾਲ ਤਾਂ ਉੱਥੇ ਪਾਉਣਗੇ ਰਾਤ। ਸੋ ਸਵਾਰੀਆਂ ਆਪਣੇ ਨਾਲ ਬਹਿ ਗਈਆਂ, ਅੱਜ ਆਪਣੇ ਨਾਲ ਸਵਾਰੀਆਂ ਨਹੀਂ, ਅੱਜ ਆਪਣੀ ਲੱਗੀ ਹੈ ਡਿਊਟੀ ਭਾਰੀ, ਮਤਲਬ ਕਿ ਆਪਣੇ ਨਾਲ ਅੱਜ ਬੈਠੇ ਆ ਕੈਮਰੇ ਵਾਲੇ। ਇਹਨਾਂ ਕਰਕੇ ਆਪਾਂ ਨੂੰ ਰੱਖਣੀ ਪੈਣੀ ਹੈ ਗੱਡੀ ਖਿੱਚ ਕੇ, ਅਤੇ ਅੱਗੇ ਸੀਗੀ ਡੋਲੀ ਵਾਲੀ ਕਾਰ, ਅਤੇ ਉਸ ਤੋਂ ਪਿੱਛੇ ਆਪਣੀ, ਅਤੇ ਬਾਕੀ ਸਾਰੀਆਂ ਗੱਡੀਆਂ ਆਪਣੇ ਦੇ ਪਿੱਛੇ ਸੀਗੀਆਂ। ਘੱਟੋ ਘੱਟ ਅੱਜ ਮੇਰੇ ਸੁਣਾ 10-12 ਗੱਡੀਆਂ ਸੀਗੀਆਂ, ਲਾਈਨ ਚੈੱਕ ਕਰੋ ਤੁਸੀਂ ਗੱਡੀਆਂ ਦੀ ਪੂਰੀ। ਅਤੇ ਫਿਰ ਡੋਲੀ ਵਾਲੀ ਗੱਡੀ ਅਤੇ ਆਪਣੀ ਰਾਣੀ ਆਈ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ, ਅਤੇ ਬਾਕੀ ਸਾਰੀਆਂ ਚੱਲ ਗਈਆਂ ਸੀ ਗੱਡੀਆਂ ਪੈਲਸ ਵੱਲ ਨੂੰ। ਅਤੇ ਉਸ ਤੋਂ ਬਾਅਦ ਹੀ ਫਿਰ ਆਪਾਂ ਨੂੰ ਗੱਡੀ ਲਾਉਣੀ ਪਈ ਮੂਹਰੇ ਸਭ ਤੋਂ, ਕਿਉਂਕਿ ਆਡੀ ਵਾਲਾ ਵੀਰ ਆਇਆ ਸੀ ਬਾਹਰੋਂ, ਅਤੇ ਉਹਨੂੰ ਰਾਹ ਰਸਤਾ ਪਤਾ ਨਹੀਂ ਸੀ, ਅਤੇ ਇਸ ਕਰਕੇ ਮੈਨੂੰ ਕਹਿੰਦੇ ਤੂੰ ਲਾ ਫਿਰ ਅੱਗੇ, ਅਤੇ ਆਪਾਂ ਵੀ ਤੇਰੇ ਪਿੱਛੇ ਪਿੱਛੇ। ਮੈਂ ਚਲੋ ਆ ਜਾਓ ਫਿਰ। ਘੁੰਮਦੇ ਘੁੰਮਾਉਂਦੇ ਹੋਏ ਆਪਾਂ ਪਹੁੰਚ ਗਏ ਨਾਦ ਦੀ ਖੂਹ, ਅਤੇ ਇੱਥੇ ਜਾ ਰਿਹਾ ਸੀ ਨਗਰ ਕੀਰਤਨ, ਅਤੇ ਅੱਗੇ ਚੱਲਦੇ ਸੀ ਪਕੌੜਿਆਂ ਦਾ ਲੰਗਰ। ਆਪਾਂ ਕੱਢਣ ਅੱਗੇ ਕੱਢ ਸਕਦੇ ਸੀ ਪਰ ਰਾਹ ਨਹੀਂ ਹੈਗਾ, ਫਿਰ ਆਪਾਂ ਕੱਢੀ ਨਹੀਂ, ਤਾਂ ਆਪਾਂ ਫਿਰ ਹੌਲੀ ਹੌਲੀ ਅੰਦਰ ਪਿੱਛੇ ਜਾਂਦੇ ਜਾਂਦੇ ਆਪਣੇ ਪਿੱਛੇ ਆ ਰਹੀ ਜੀ ਔਡੀ ਫੁੱਲਾਂ ਵਾਲੀ। ਵੈਸੇ ਤਾਂ ਰਸਤੇ ਬਹੁਤ ਸੀਗੇ ਸ਼ੋਰਟਕੱਟ, ਪਰ ਮੈਨੂੰ ਨਾ ਔਡੀ ਵੱਲ ਦਾ ਹਿਸਾਬ ਵੇਖਣਾ ਪਿਆ, ਕਿਉਂਕਿ ਗੱਡੀ ਹੁੰਦੀ ਆ ਨੀਵੀਂ ਜੇ ਲੱਗ ਜਾਂਦੀ ਛੱਤ। ਲੇਟ ਆਪਾਂ ਕਾਫੀ ਹੋ ਗਏ ਹਾਂ, ਅਤੇ ਇਸ ਕਰਕੇ ਬੰਦਿਆਂ ਸਾਡੇ ਨੂੰ ਲੱਗ ਗਈ ਜੀ ਭੁੱਖ, ਦੇ ਫਿਰ ਪਕੌੜਿਆਂ ਦੇ ਭਰ ਲਏ ਬੁੱਕ। ਸੋ ਖਾ ਕੇ ਪਕੌੜੇ ਅਤੇ ਆਪਾਂ ਫਿਰ ਨਗਰ ਕੀਰਤਨ ਤੋਂ ਲੰਘ ਗਏ ਜੀ, ਅੱਗੇ ਅਤੇ ਆਪਣੇ ਪਿੱਛੇ ਆ ਰਹੀ ਆ ਔਡੀ। ਫਿਰ ਆਪਾਂ ਵੜ ਗਏ ਜੀ ਪਿੰਡ ਉਦੋਂ ਨੰਗਲ, ਇੱਥੋਂ ਅਸੀਂ ਲੰਘੇ ਲਾਵਾਂ ਜੀ ਪਿੰਡ ਉਦੋਂ ਨੰਗਲ, ਅਤੇ ਗੁਰਦੁਆਰਾ ਸਾਹਿਬ ਦਾ ਨਾਮ ਆ ਪੱਕਾ ਗੁਰਦੁਆਰਾ। ਹਾਂਜੀ ਤੁਸੀਂ ਸਹੀ ਸੁਣਿਆ, ਗੁਰਦੁਆਰਾ ਸਾਹਿਬ ਦਾ ਨਾਮ ਆ ਪੱਕਾ ਗੁਰਦੁਆਰਾ। ਮੈਂ ਇਸ ਦੀ ਹਿਸਟਰੀ ਕਿਸੇ ਨੂੰ ਪੁੱਛੀ ਵੀ ਸੀਗੀ ਪਰ ਮੈਨੂੰ ਸਮਝਣ ਲੱਗੀ, ਫਿਰ ਮੈਂ ਤੁਹਾਨੂੰ ਦੱਸ ਸਕਦਾ ਹੁਣ। ਸੋ ਲਾਵਾਂ ਗਈਆਂ ਜੀ ਆਪਣੀਆਂ, ਉਹ ਆਪਣੀਆਂ ਨੇ ਮਤਲਬ ਜੋੜੇ ਦੀਆਂ। ਸੋ ਇੱਥੋਂ ਹੁਣ ਪਾਉਣ ਲੱਗਿਆ ਜੀ ਆਪਾਂ ਚਾਲੇ, ਔਡੀ ਵਾਲੇ ਵੀਰ ਨੂੰ ਰਾਹ ਪਾ ਲੱਗ ਗਿਆ ਸੀ ਪੈਲਸ ਦਾ, ਕਹਿੰਦਾ ਦੂਮ ਚਾਲੇ ਦੂਮ ਚਾਲੇ ਦੂਮ। ਸੋ ਪੈਲਸ ਵਿੱਚ ਪਹੁੰਚ ਗਏ ਜੀ, ਔਡੀ ਵਾਲੇ ਵੀਰ ਨੂੰ ਨਾਲ ਲੈ ਕੇ ਆਪਾਂ ਗਏ ਆਪਣੇ ਬੇਲੀ ਨੂੰ ਲੈਣ, ਉਹ ਤਾਂ ਪਿੰਡ ਇੱਥੋਂ ਪੈਂਦਾ ਸੀਗਾ ਲਾਗੇ, ਅਤੇ ਮੈਂ ਸੋਚਿਆ ਅੱਜ ਤੈਨੂੰ ਵਿਆਹ ਵਿਖਾਵਾਂ ਫਿਰ। ਸੋ ਆਪਾਂ ਲੈਣ ਗਏ ਸੀ ਜੀ ਪ੍ਰਭ ਚੰਨਣ ਕੇ ਭਾਜੀ ਨੂੰ, ਤਾਲੀਆਂ ਤਾਲੀਆਂ ਤਾਲੀਆਂ, ਅਤੇ ਵੈਸੇ ਬਗਾਨੇ ਵਿਆਹ 'ਚ ਭਾਰੇ ਦੀ ਵਾਗ ਵੀ ਨਿਕਲਾਈ, ਫਿਰ ਉਹਨਾਂ ਨੇ ਮਿਲਿਆ ਭਾਜੀ ਨੂੰ, ਫਿਰ ਉੱਥੇ ਇਕੱਠੇ ਮੈਨੂੰ ਕਹਿੰਦੇ ਫੋਟੋ ਖਿੱਚ, ਅਤੇ ਮੈਂ ਵਿਆਹ ਹੋ ਕੇ ਵੀਡੀਓ ਬਣਾਤੀ। ਸੋ ਉਸ ਤੋਂ ਬਾਅਦ ਜੀ ਆਪਾਂ ਨੇ ਫਿਰ ਲਈ ਜੀ ਔਡੀ ਦੀ ਟਰਾਈ, ਅਤੇ ਇਹ ਆਊਗੀ ਵੀਡੀਓ ਵੱਖਰੀ, ਤੁਸੀਂ ਜਾ ਕੇ ਵੇਖਿਓ। ਉਦੋਂ ਟਾਈਮ ਹੋ ਗਿਆ ਜੀ ਹੁਣ ਸ਼ਾਮ ਦਾ, ਅਤੇ ਡੋਲੀ ਜਾਣ ਦਾ, ਅਤੇ ਹੋ ਰਿਹਾ ਸੀ ਕਪਲ ਡਾਂਸ, ਅਤੇ ਮੇਰੀ ਵੀਡੀਓ ਮੈਂ ਹੋਰ ਕਿਵੇਂ ਦਿਖਾਉਣੀ ਸੀ, ਅਤੇ ਫਿਰ ਤਾਂ ਬਣਾਈ, ਮੈਂ ਚਲੋ ਤੁਹਾਨੂੰ ਵੀ ਦਿਖਾ ਦਿੰਦੇ ਹਾਂ। ਲਗਭਗ ਪੌਣੇ ਕੁ 6 ਡੋਲੀ ਲੱਗੀ ਸੀ ਤੁਰਨ, ਆਪਾਂ ਵੀ ਫਿਰ ਤਿਆਰੀ ਪਿਆਰੀ ਕੱਸ ਲਈ, ਅਤੇ ਗੱਡੀ ਗੁੱਡੀ ਕਰ ਲਈ ਹੈ ਜੀ ਗਰਮ। ਮੈਨੂੰ ਲੱਗਦਾ ਵੀ ਔਡੀ ਵਾਲੇ ਵੀਰ ਨੂੰ ਰਾਸਤੇ ਲੱਗ ਗਈ ਸਮਝ, ਅਤੇ ਹੁਣ ਆਉਂਦੇ ਆਪਣੇ ਆਪ ਖਿੱਚੀ ਆਇਆ ਆਉਂਦਿਆਂ। ਲਓ ਜੀ ਪਹੁੰਚ ਗਏ ਜੀ ਪਿੰਡ ਜਿੱਤੋਂ ਹਰਜੇ, ਅਤੇ ਜਾ ਰਹੇ ਹਾਂ ਜੀ ਡੇਰੇ 'ਤੇ ਪਏ ਪਏ। ਸੋ ਬਾਕੀ ਸਾਰੀਆਂ ਗੱਡੀਆਂ ਚੱਲ ਗਈਆਂ ਸੀ ਆਪਣੇ ਆਪਣੇ ਘਰ 'ਤੇ, ਆਪਾਂ ਰਹਿ ਗਏ 2-3 ਜਾਣੇ। ਸੋ ਲੈ ਕੇ ਮਾਇਆ ਜੀ, ਫਿਰ ਆਪਾਂ ਵੀ ਪਾ 'ਤੇ ਕਰਾਉਣ ਚਾਲੇ। ਫਿਰ ਔਡੀ ਵਾਲੇ ਵੀਰ ਦੀ ਗੱਲ ਮੈਨੂੰ ਕਹਿੰਦੇ ਪਈ ਦੂਮ ਚਾਲੇ ਦੂਮ ਚਾਲੇ ਦੂਮ ਚਾਲੇ। ਸੋ ਕਿਵੇਂ ਲੱਗਾ ਵਲੋਗ ਕਮੈਂਟ ਕਰਕੇ ਜ਼ਰੂਰ ਦੱਸਿਓ, ਮੇਰਾ ਦਿਲ ਨਹੀਂ ਕੀਤਾ ਰੈਡਿੰਗ ਕਰਨ ਦਾ, ਇਸ ਕਰਕੇ ਲੇਟ ਹੋ ਗਿਆ ਵਲੋਗ, ਕਾਫੀ ਚਿਰ ਦਾ ਬਣਿਆ ਪਿਆ ਹੈ।